ਇਹਨਾਂ ਚੀਜ਼ਾਂ ਦਾ ਜਿਹੜਾ ਪਿਛੋਕੜ ਹੈ ਉਹ ਕੀ ਹੈ? ਅਸੀਂ ਬਣਾ ਕੀ ਦਿੱਤਾ? ਅਸੀਂ ਕਿਉਂ ਨਹੀਂ ਇਤਿਹਾਸ ਦੀ, ਅਸੀਂ ਕਿਉਂ ਨਹੀਂ ਇਹਨਾਂ ਸਾਰੀਆਂ ਗੱਲਾਂ ਦੀ ਖੋਜ ਕਰਦੇ? ਅਸੀਂ ਖੋਜ ਨਹੀਂ ਕਰਦੇ ਉਹਦੇ ਵਿੱਚੋਂ, ਅਸੀਂ ਇਹਨਾਂ ਚੀਜ਼ਾਂ ਨੂੰ ਆਪਣੇ ਧਰਮ ਦੀ ਮਰਿਆਦਾ ਔਰ ਆਪਣੇ ਸੰਸਕਾਰਾਂ ਦੇ ਨਾਲ ਜੋੜਦੇ ਜਾ ਰਹੇ ਹਾਂ। ਅਤੇ ਗੁਰਦੇਵ ਪਾਤਸ਼ਾਹ ਨੇ ਹਰ ਜਗ੍ਹਾ 'ਤੇ ਜਾ ਕੇ ਇਹਨਾਂ ਚੀਜ਼ਾਂ ਦਾ ਖੰਡਨ ਕੀਤਾ। ਹੁਣ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਕੁਰੂਕਸ਼ੇਤਰ ਗਏ, ਅਤੇ ਕੀ ਕੁਰੂਕਸ਼ੇਤਰ ਜਿਹੜੀਆਂ ਰਸਮਾਂ ਹੁੰਦੀਆਂ ਨੇ, ਜਿਹੜੀਆਂ ਰਸਮਾਂ ਹਰਿਦੁਆਰ ਹੁੰਦੀਆਂ ਨੇ, ਅੱਜ ਅਸੀਂ ਛੱਡ ਦਿੱਤੀਆਂ ਨੇ? ਨਹੀਂ ਛੱਡੀਆਂ, ਬਿਲਕੁਲ ਨਹੀਂ ਛੱਡੀਆਂ। ਉਹਨਾਂ ਰਸਮਾਂ ਤੋਂ ਗੁਰੂ ਨਾਨਕ ਸਾਹਿਬ ਨੇ ਵੀ ਜਾ ਕੇ ਸਾਨੂੰ ਵਰਜਿਆ, ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਜਾ ਕੇ ਵਰਜਿਆ। ਗੁਰੂ ਗੋਬਿੰਦ ਸਿੰਘ ਨੇ ਤਾਂ ਸਪਸ਼ਟ ਇੱਕ ਇੰਨਾ ਪਿਆਰਾ ਕੌਤਕ ਕੀਤਾ ਨਾ ਕਿ ਸਾਰੇ ਲੋਕਾਂ ਦੇ ਸਾਹਮਣੇ ਰੱਖ ਦਿੱਤਾ ਕਿ ਲੋਕੋ, ਇਹਨਾਂ ਧਰਮ ਦੇ ਨਾਂ ਦੇ ਉੱਪਰ ਲੁੱਟਣ ਵਾਲੇ ਪਜ਼ਾਰੀਆਂ ਤੋਂ ਬਚ ਜਾਓ। ਕੀ ਕੀਤਾ ਜਾਂਦਾ ਸੀ? ਅੱਜ ਵੀ ਹੈ, ਮੇਰਾ ਇੱਕ ਦੋਸਤ ਹੈ ਹਿੰਦੂ ਪਰਿਵਾਰ ਦੇ ਵਿੱਚੋਂ, ਮੇਰੇ ਪਿੰਡ ਦਾ ਹੀ ਰਹਿਣ ਵਾਲਾ, ਉਹਨਾਂ ਦੀ ਮਾਤਾ ਦੀ ਮੌਤ ਹੋ ਗਈ। ਮੇਰੇ ਨਾਲ ਉਹ ਕਾਫ਼ੀ ਇਸ ਤਰ੍ਹਾਂ ਲੈਕਚਰਾਂ ਦੇ ਵਿੱਚ ਜਾਂਦਾ ਹੁੰਦਾ ਰਹਿੰਦਾ, ਥੋੜ੍ਹਾ ਜਾਗਰੂਕ ਹੈ। ਕਹਿੰਦਾ ਜਦੋਂ ਮੌਤ ਹੋ ਗਈ ਨਾ, ਤਾਂ ਅਸੀਂ ਸੋਚਿਆ ਅਸੀਂ ਨਾ ਸ਼ਰਾਧ ਕਰਨੇ ਨਾ ਪਿੰਡ ਭਰਾਉਣੇ ਨੇ, ਸੁਖਨੀ ਸਾਹਿਬ ਦਾ ਪਾਠ ਕਰਵਾ ਦਿੱਤਾ। ਪਰ ਕਹਿੰਦਾ ਰਿਸ਼ਤੇਦਾਰ ਖੇੜਾ ਹੀ ਨਾ ਛੱਡਣ, ਵੀ ਨਹੀਂ ਜੀ ਅਸੀਂ ਤਾਂ ਜ਼ਰੂਰ ਪਿੰਡ ਭਰਾਉਣ ਜਾਣਾ। ਵਿਚਾਰੇ ਗਰੀਬ ਦੁਕਾਨਦਾਰ ਔਖੇ ਸੌਖੇ ਚਲੇ ਗਏ। ਉਹਨੇ ਮੈਨੂੰ ਆਪ ਦੱਸਿਆ, ਕਹਿੰਦਾ ਵੀਰ ਜੀ ਜਦੋਂ ਅਸੀਂ ਆਪਣੇ ਪੁਰੋਹਿਤ ਦੇ ਕੋਲ ਗਏ ਨਾ, ਤਾਂ ਪਹਿਲਾਂ ਕਹਿੰਦਾ ਕਿ ਮਾਤਾ ਦੀ ਮੁਕਤੀ ਕਿਵੇਂ ਦੀ ਕਰਵਾਉਣੀ ਹੈ, 1100 ਵਾਲੀ, 2100 ਵਾਲੀ, 3100 ਵਾਲੀ? ਕਹਿੰਦਾ ਕਰਦਾ ਕਰਦਾ 51,000 ਤੱਕ ਲੈ ਗਿਆ, ਮੁਕਤੀ ਕਿਵੇਂ ਦੀ ਕਰਵਾਉਣੀ ਹੈ? ਕਹਿੰਦਾ ਸੀ ਕਿ ਜੀ 1100 ਵਾਲੀ ਕਰ ਦਿਉ, ਗਰੀਬ ਬੰਦੇ। ਕਹਿੰਦਾ ਉਹਦਾ ਅਗਲਾ ਸਵਾਲ ਸੀ, ਮਾਤਾ ਨੂੰ ਸਵਰਗਾਂ 'ਚ ਮੰਜਾ ਕਿਹੜਾ ਚਾਹੀਦਾ, 300 ਵਾਲਾ, 600 ਵਾਲਾ, ਕਵੀਨਸ ਬੈੱਡ ਤੱਕ ਲੈ ਗਿਆ ਕਿ 15,000 ਵਾਲਾ? ਕਹਿੰਦਾ ਮੈਂ ਕਿਹਾ ਜੀ ਤੁਸੀਂ 250 ਵਾਲਾ ਫੋਲਡਿੰਗ ਬੈੱਡ ਹੀ ਦੇ ਦਿਉ, ਗਰੀਬ ਬੰਦੇ ਆ, ਮਾਤਾ ਇੱਥੇ ਵੀ ਉੱਤੇ ਸੌਂਦੀ ਸੀ। ਫਿਰ ਕਹਿੰਦਾ ਕਿ ਹੁਣ 1100 ਰੁਪਈਆ ਹੋਰ ਰੱਖ ਦਿਓ। ਕਹਿੰਦਾ ਉਹ ਕਾਹਦਾ? ਕਹਿੰਦਾ ਛਤੜੀ ਦਾ, ਅਤੇ ਡੰਡੇ ਦਾ, ਅਤੇ ਟਾਰਚ ਦਾ। ਕਹਿੰਦਾ ਮੈਂ ਹੱਥ ਜੋੜ ਕੇ ਕਹਿ ਦਿੱਤਾ ਕਿ ਮਾਤਾ ਨੂੰ ਸਵਰਗਾਂ 'ਚ ਭੇਜਣ ਲੱਗੇ ਹੋ ਕਿ ਸ਼ਿਕਾਰ ਖੇਡਣ ਭੇਜਣ ਲੱਗੇ ਹੋ, ਮੈਨੂੰ ਦੱਸ ਦਿੱਤਾ। ਅੱਜ ਵੀ ਇਹ ਕੁਛ ਹੁੰਦਾ, ਅੱਜ ਵੀ ਜਾ ਕੇ ਵੇਖੋ, ਅੱਜ ਵੀ ਗਊਦਾਨ ਹੁੰਦੀ ਜੇ ਅਜੇ ਵੀ। ਇਹ ਵੱਖਰੀ ਗੱਲ ਹੈ ਕਿ ਲੋਕ ਇੱਥੋਂ ਗਊ ਨਹੀਂ ਲੈ ਕੇ ਜਾਂਦੇ, ਉੱਥੇ ਕੀ ਕਰਦੇ ਨੇ ਕਿ ਇੱਕ ਪੰਡਤਾਂ ਨੇ ਗਊ ਰੱਖੀ ਹੁੰਦੀ ਹੈ ਔਰ ਉਸ ਗਊ ਦੇ ਕੋਲ ਮੰਤਰ ਪੜ੍ਹ ਕੇ ਤੁਹਾਡੇ ਕੋਲ ਪੈਸੇ ਲੈ ਲੈਂਦੇ ਨੇ ਜੀ, 11,000 ਰੁਪਈਆ, ਆਹ ਲਓ ਜੀ ਹੁਣ ਤੁਹਾਡੇ ਬਾਪੂ ਦੇ ਵਾਸਤੇ ਗਊ ਦਾਨ ਕਰ ਦਿੱਤੀ। ਫਿਰ ਅਗਲਾ ਗਾਹਕ ਆ ਜਾਂਦਾ, ਗਊ ਉਹ ਹੀ ਆ ਪਾਣੀ 'ਚ ਖੜੀ ਹੁੰਦੀ, ਆਹ ਲਓ ਜੀ ਅਸੀਂ ਤੁਹਾਡੇ ਬਾਪੂ ਵਾਸਤੇ ਗਊ ਦਾਨ ਕਰਤੀ। ਹੁਣ ਕਿਉਂ ਕੀਤੀ ਜਾਂਦੀ ਹੈ? ਇਹਦੇ ਵਾਸਤੇ ਫਿਰ ਤੁਹਾਨੂੰ ਪੁਰਾਣਾ ਨੂੰ ਪੜ੍ਹਨਾ ਪਵੇਗਾ। ਪੁਰਾਣਾ ਦੇ ਵਿੱਚ ਤੁਸੀਂ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਪੜ੍ਹਿਆ ਹੋਵੇਗਾ, ਵੈਤਰਣੀ। ਵੈਤਰਣੀ ਇੱਕ ਸਿਰਜੀ ਹੋਈ ਨਦੀ ਹੈ। ਕਿਹਾ ਜਾਂਦਾ ਕਿ ਜਦੋਂ ਪਾਰਵਤੀ ਦੀ ਮੌਤ ਹੋ ਗਈ ਸਤੀ ਦੇ ਦੌਰਾਨ, ਅਤੇ ਸ਼ਿਵ ਜੀ ਦੀਆਂ ਅੱਖਾਂ ਦੇ ਵਿੱਚੋਂ ਜਿਹੜੇ ਹੰਝੂ ਵਗੇ, ਉਹਨਾਂ ਦੇ ਵਿੱਚੋਂ ਨਦੀ ਪੈਦਾ ਹੋਈ। ਬੁਲਾਈਆਂ ਗੱਲਾਂ ਨੇ ਮਿਥਿਹਾਸ ਦੇ ਵਿੱਚ। ਉਹ ਨਦੀ ਜਿਹੜੀ ਹੈ ਕਹਿੰਦੇ ਸਵਰਗਾਂ ਅਤੇ ਨਰਕਾਂ ਦੇ ਵਿਚਕਾਰ ਹੈ, ਅਤੇ ਜਿਹੜਾ ਬੰਦਾ ਵੀ ਮਰ ਕੇ ਜਾਂਦਾ ਉਹਨੂੰ ਉਹ ਪਾਰ ਕਰਨੀ ਪੈਂਦੀ ਹੈ। ਬੜੀ ਔਖੀ ਹੈ, ਪਰ ਪਾਰ ਉਹ ਕਰ ਸਕਦਾ ਹੈ ਨਾ। ਜੇ ਮੰਨ ਲਓ ਮੈਂ ਮਰ ਗਿਆ ਨਾ, ਅਤੇ ਮੈਂ ਨਰਕ ਦੇ ਕੰਢੇ 'ਤੇ ਹਾਂ, ਅਤੇ ਮੈਂ ਪਾਰ ਤਾਂ ਕਰ ਸਕਦਾ ਜੇ ਮੇਰਾ ਮੁੰਡਾ ਬ੍ਰਾਹਮਣ ਨੂੰ ਗਊ ਦਾਨ ਕਰੇ। ਅਤੇ ਜਦੋਂ ਮੇਰਾ ਮੁੰਡਾ ਬ੍ਰਾਹਮਣ ਨੂੰ ਗਊ ਦਾਨ ਕਰੂਗਾ ਨਾ, ਗਊ ਉੱਪਰ ਚਲੀ ਜਾਊਗੀ, ਅਤੇ ਉੱਤੇ ਜਾ ਕੇ ਫਿਰ ਮੈਂ ਉਹਦੀ ਪੂਛ ਫੜ ਕੇ ਨਾ ਪਾਰ ਕਰੂੰਗਾ। ਮਤਲਬ ਕਿ ਜਿਹੜੀ ਇੱਥੇ ਗਊ ਆ ਨਾ, ਉਹ ਮੰਤਰ ਪੜ੍ਹਦੇ ਨਾਲ ਉੱਤੇ ਮੋਟਰ ਬੋਟ ਬਣ ਜਾਂਦੀ, ਜਾ ਕੇ ਨਦੀ ਪਾਰ ਕਰਾ ਦਿੰਦੀ। ਹੁਣ ਖਿਆਲ ਕਰਿਓ, ਉਹ ਨਦੀ ਨੂੰ ਪਾਰ ਕਰਾਉਣ ਦੇ ਵਾਸਤੇ ਗਊ ਦਾਨ ਕੀਤੀ ਜਾਂਦੀ ਹੈ, ਅਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਚਲੇ ਗਏ, ਅਤੇ ਪੰਡਿਤ ਇਕੱਠੇ ਕੀਤੇ, ਕਹਿੰਦੇ ਮੈਂ ਦਾਨ ਕਰਨ ਆਇਆ। ਪੰਡਿਤ ਬੜੇ ਖੁਸ਼,
ਇੰਨਾ ਸ਼ਾਹੀ ਜਾਹੋ ਜਲਾਲ, ਇੰਨੇ ਲਸ਼ਕਰ, ਬਾਬਾ ਦਾਨ ਕਰਨਾ ਆ? ਬਾਬਾ ਤਾਂ ਬਹੁਤ ਕੁਛ ਦੇਵੇਗਾ, ਦਾਨ ਕੀ ਕਰਨਾ? ਪਿੱਛੋਂ ਭਾਈ ਦਿਆ ਸਿੰਘ ਨੂੰ ਕਹਿੰਦੇ ਗੋਦਾ ਕੱਢ ਕੇ ਲਿਆਓ। ਦਿਆ ਸਿੰਘ ਖੋਤਾ ਲੈ ਆਇਆ, ਖੋਤਾ ਦਾਨ ਕਰਨਾ। ਪੜ੍ਹ ਕੇ ਵੇਖਿਓ ਤਵਾਰੀ ਗੁਰੂ ਖਾਲਸਾ ਗਿਆਨੀ ਗਿਆਨ ਸਿੰਘ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੋਤਾ ਲਿਆ ਕੇ ਖੜਾ ਕਰ ਦਿੱਤਾ, ਕਹਿੰਦੇ ਮੈਂ ਖੋਤਾ ਦਾਨ ਕਰਨਾ। ਹੁਣ ਉਹ ਕਹਿਣ ਜੀ ਖੋਤਾ ਤਾਂ ਦਾਨ ਹੋ ਹੀ ਨਹੀਂ ਸਕਦਾ, ਖੋਤਾ ਨਦੀ ਨਹੀਂ ਪਾਰ ਕਰਾ ਸਕਦਾ, ਅਸੀਂ ਖੋਤਾ ਦਾਨ ਕਿਵੇਂ ਕਰੀਏ? ਸਾਰੇ ਚੁੱਪ। ਉਸੇ ਵੇਲੇ ਕਲਗੀਧਰ ਪਾਤਸ਼ਾਹ ਨੇ ਭਾਈ ਮਨੀ ਸਿੰਘ ਹੁਣਾਂ ਵੱਲ ਇਸ਼ਾਰਾ ਕੀਤਾ ਅਤੇ ਮਨੀ ਸਿੰਘ ਨੇ ਗਠੜੀ 'ਚੋਂ ਕੱਢ ਕੇ ਖੋਤੇ ਦੇ ਗਲ ਦੇ ਵਿੱਚ ਸੋਨੇ ਦਾ ਹਾਰ ਪਾ ਦਿੱਤਾ ਅਤੇ ਸਾਰੇ ਬ੍ਰਾਹਮਣ ਅੱਗੇ ਪਿੱਛੇ, ਬਾਬਾ ਜੀ ਅਸੀਂ ਖੋਤਾ ਦਾਨ ਕਰਾਂਗੇ, ਅਸੀਂ ਖੋਤਾ ਦਾਨ ਕਰਾਂਗੇ। ਪਾਤਸ਼ਾਹ ਨੇ ਕਿਹਾ ਵੇਖ ਲਓ ਇਹ ਕਾਹਦੇ ਕਰਕੇ ਦਾਨ ਹੋ ਰਿਹਾ? ਇਹ ਗਲੇ ਦੇ ਹਾਰ ਦੇ ਕਰਕੇ, ਇਹ ਪੈਸੇ ਕਰਕੇ ਸਭ ਕੁਝ ਹੋ ਰਿਹਾ। ਪੰਜਾਬ ਦੀਆਂ ਲੋਕ ਧਾਰਾ ਕਿਤੇ ਪੜ੍ਹ ਕੇ ਵੇਖਿਓ, ਕਹਿੰਦੇ ਕਿਸੇ ਕਿਸਾਨ ਦੇ ਪਿਤਾ ਦੀ ਮੌਤ ਹੋ ਗਈ। ਬ੍ਰਾਹਮਣ ਨੂੰ ਪਤਾ ਲੱਗਾ ਪਿੰਡ ਦੇ ਪੁਰੋਹਿਤ ਨੂੰ ਕਿ ਫਲਾਣੇ ਦੇ ਬਾਪ ਦੀ ਮੌਤ ਹੋਈ ਹੈ, ਇਹਨੇ ਗਊਦਾਨ ਨਹੀਂ ਕੀਤੀ, ਅੱਜ ਇਹਨੇ ਨਹੀਂ ਕੀਤੀ, ਕੱਲ੍ਹ ਨੂੰ ਕੋਈ ਹੋਰ ਨਹੀਂ ਕਰੇਗਾ, ਪਰਸੋਂ ਨੂੰ ਕੋਈ ਹੋਰ ਨਹੀਂ ਕਰੇਗਾ, ਫਿਰ ਕੋਈ ਹੋਰ ਨਹੀਂ ਕਰੇਗਾ, ਮੇਰਾ ਤਾਂ ਧੰਦਾ ਚੌਪਟ ਹੋ ਜਾਵੇਗਾ, ਇਹਨੂੰ ਰੁਕਣਾ ਪਵੇਗਾ। ਗਿਆ ਉਸਦੇ ਘਰ, ਦਰਵਾਜ਼ਾ ਖੜਕਾਇਆ, ਕਹਿੰਦਾ ਟਹਿਲ ਸਿਆਂ ਦਰਵਾਜ਼ਾ ਖੋਲ੍ਹ। ਦਰਵਾਜ਼ਾ ਖੋਲ੍ਹਿਆ, ਕਹਿੰਦਾ ਤੇਰੇ ਪਿਤਾ ਦੀ ਮੌਤ ਹੋ ਗਈ ਹੈ? ਕਹਿੰਦਾ ਹਾਂ ਬਿਲਕੁਲ। ਕਹਿੰਦਾ ਤਾਂ ਹੀ ਤੂੰ ਗਊਦਾਨ ਨਹੀਂ ਕੀਤੀ? ਕਹਿੰਦਾ ਜੀ ਨਹੀਂ ਕੀਤੀ। ਕਹਿੰਦਾ ਤਾਂ ਹੀ ਤੇਰਾ ਬਾਪ ਰਾਤੀ ਸੁਪਨੇ ਦੇ ਵਿੱਚ ਆਇਆ ਸੀ ਅਤੇ ਮੈਨੂੰ ਸੁਪਨੇ 'ਚ ਆ ਕੇ ਕਹਿੰਦਾ ਸੀ ਕਿ ਮੈਂ ਨਰਕਾਂ ਦੇ ਵਿੱਚ ਬੜਾ ਔਖਾ ਹੈ ਅਤੇ ਬਾਕੀ ਸਾਰੇ ਲੋਕ ਸਵਰਗਾਂ 'ਚ ਜਾਈ ਜਾ ਰਹੇ ਨੇ, ਜਿਨ੍ਹਾਂ ਦੇ ਬੱਚੇ ਥੱਲੇ ਗਊਦਾਨ ਕਰੀ ਜਾ ਰਹੇ ਨੇ, ਮੇਰੇ ਮੁੰਡੇ ਨੂੰ ਜਾ ਕੇ ਕਹਿ ਗਊਦਾਨ ਕਰੇ, ਮੇਰਾ ਫਿਰ ਇੱਥੋਂ ਉੱਧਰ ਦਾ ਵੀਜ਼ਾ ਲੱਗਣਾ ਹੈ, ਨਰਕਾਂ ਤੋਂ ਸਵਰਗਾਂ ਦਾ, ਮੇਰੇ ਕੋਲ ਫਿਰ ਜਾਇਆ ਜਾਣਾ ਹੈ। ਗਰੀਬ ਕਿਸਾਨ ਇੱਕੋ ਹੀ ਘਰ ਦੇ ਵਿੱਚ ਗਊ, ਜਿਹਦਾ ਦੁੱਧ ਵੇਚ ਕੇ ਗੁਜ਼ਾਰਾ ਕਰਦਾ ਸੀ, ਛੋਟਾ ਜਿਹਾ ਬੱਚਾ ਪੜ੍ਹਦਾ ਸੀ, ਹੁਣ ਜੇ ਗਊਦਾਨ ਦੇ ਦੇਵੇ ਤਾਂ ਘਰ ਦੀ ਆਰਥਿਕਤਾ ਖਰਾਬ ਹੁੰਦੀ ਹੈ। ਘਰ ਵਾਲੀ ਅੜ ਗਈ ਵਿਚਾਰੀ, ਤੁਹਾਨੂੰ ਪਤਾ ਬੀਬੀਆਂ ਦੀ ਆਦਤ ਹੁੰਦੀ ਹੈ ਵੀ ਜੋ ਬਾਪੂ ਨੂੰ ਹੁੰਦਾ ਹੁੰਦਾ ਰਹਿਣ ਦੇ, ਸਹੁਰਾ ਹੀ ਹੈ ਨਾ, ਰਵੇ ਨਰਕਾਂ 'ਚ ਰਵੇ ਸਵਰਗਾਂ 'ਚ, ਅਸੀਂ ਨਹੀਂ ਗਊਦਾਨ ਕਰਨੀ। ਪਰ ਜਿਹੜਾ ਪੁੱਤ ਸੀ ਉਹਨੂੰ ਤਰਸ ਆਇਆ, ਕਹਿੰਦਾ ਭਾਗਵਾਨ ਨੇ ਬਾਪੂ ਤਾਂ ਪਾਰ ਕਰਾਉਣਾ ਹੀ ਹੈ ਨਾ, ਕੋਈ ਨਹੀਂ ਗਊ ਹੋਰ ਲੈ ਲਾਂਗੇ, ਵੇਖਾਂਗੇ ਜੋ ਬਣਦਾ। ਗਊ ਦਾ ਸੰਗਲ ਖੋੜ ਕੇ ਪੰਡਿਤ ਜੀ ਨੂੰ ਦੇ ਦਿੱਤੀ। ਪੰਡਿਤ ਜੀ ਗਊ ਲੈ ਕੇ ਬੜੇ ਪ੍ਰਸੰਨ ਵੀ ਲਓ ਜੀ ਹੁਣ ਤਾਂ ਅਸੀਂ ਗਊ ਲੈ ਆਉਂਦੀ ਹੈ। ਤਿੰਨ ਕੁ ਦਿਨ ਲੰਘੇ, ਕਿਸਾਨ ਨੇ ਜਾ ਕੇ ਆਪਣਾ ਮੁੰਡਾ ਨਾਲ ਸੀ ਦਰਵਾਜ਼ਾ ਖੜਕਾਇਆ, ਪੰਡਿਤ ਜੀ ਨੇ ਦਰਵਾਜ਼ਾ ਖੋਲ੍ਹਿਆ, ਕਹਿੰਦਾ ਪੰਡਿਤ ਜੀ ਤੁਹਾਨੂੰ ਗਊ ਦਿੱਤੀ ਸੀ? ਕਹਿੰਦਾ ਬਿਲਕੁਲ ਜੀ। ਕਹਿੰਦਾ ਤੁਸੀਂ ਮੰਤਰ ਪੜ੍ਹ ਦਿੱਤੇ? ਕਹਿੰਦਾ ਹਾਂ ਮੰਤਰ ਪੜ੍ਹ ਦਿੱਤੇ। ਕਹਿੰਦਾ ਕੀ ਹੁਣ ਮੇਰਾ ਬਾਪੂ ਨਰਕਾਂ 'ਚੋਂ ਸਵਰਗਾਂ 'ਚ ਚਲਾ ਗਿਆ ਹੋਊਗਾ? ਕਹਿੰਦੇ ਹਾਂ, ਜਦੋਂ ਮੈਂ ਮੰਤਰ ਪੜ੍ਹਿਆ ਸੀ ਨਾ ਉਸੇ ਰਾਤ ਤੇਰਾ ਬਾਪੂ ਬੜਾ ਪ੍ਰਸੰਨ ਹੋ ਕੇ ਮੈਨੂੰ ਮਿਲਿਆ ਕਿ ਤੇਰਾ ਬੜਾ ਧੰਨਵਾਦ, ਤੂੰ ਮੇਰੇ ਬੱਚੇ ਨੂੰ ਜਾ ਕੇ ਦੱਸਿਆ ਗਊਦਾਨ ਕਰ, ਹੁਣ ਮੈਂ ਵੀ ਨਰਕਾਂ 'ਚੋਂ ਸਵਰਗਾਂ 'ਚ ਚਲਾ ਗਿਆ। ਕਹਿੰਦਾ ਪੰਡਿਤ ਜੀ ਹੁਣ ਦੁਬਾਰਾ ਕਿਤੇ ਸਵਰਗਾਂ 'ਚੋਂ ਨਰਕਾਂ 'ਚ ਨਹੀਂ ਭੇਜ ਦੇਣਗੇ? ਕਹਿੰਦਾ ਨਹੀਂ, ਹੁਣ ਇਹੋ ਜਿਹੇ ਮੰਤਰ ਪੜ੍ਹ ਦਿੱਤੇ ਨੇ ਨਾ, ਹੁਣ ਤਾਂ ਸਾਰੀ ਜਿੰਨੀ ਉਹਦੀ ਹਯਾਤ ਹੈ, ਜਿੰਨਾ ਵੀ ਉਹਦਾ ਸਮਾਂ ਹੈ, ਸਵਰਗਾਂ 'ਚ ਰਹੇਗਾ, ਹੁਣ ਨਰਕਾਂ 'ਚ ਨਹੀਂ ਜਾ ਸਕਦਾ। ਆਪਣੇ ਮੁੰਡੇ ਨੂੰ ਆਵਾਜ਼ ਮਾਰ ਕੇ ਕਹਿੰਦਾ ਜੱਗਿਆ ਖੋਲ, ਗਊ ਦਾ ਸੰਗਲ ਘਰ ਲੈ ਕੇ ਚੱਲੀਏ, ਆਪਾਂ ਬਾਪੂ ਹੀ ਪਾਰ ਕਰਾਉਣਾ ਸੀ, ਕਰਾ ਲਿਆ, ਬਾਪੂ ਹੀ ਪਾਰ ਲੰਘਾਉਣਾ ਸੀ, ਆਪਾਂ ਲੰਘਾ ਲਿਆ, ਚੱਲ ਗਊ ਲੈ ਕੇ ਘਰ ਚੱਲੀਏ। ਸੋ ਉਹ ਸਾਡੇ ਸਿੱਧੇ ਸਾਧੇ ਵੀਰਾਂ ਦੇ 'ਚ ਕਿੰਨੀ ਜਾਗਰੂਕਤਾ ਹੁੰਦੀ ਸੀ, ਸਾਡੇ 'ਚੋਂ ਜਾਗਰੂਕਤਾ ਜਨਮ ਨਹੀਂ ਲੈ ਰਹੀ। ਉਹਦੇ ਕੁਛ ਕਾਰਨ ਨੇ ਕਿ ਅਸੀਂ ਇਤਿਹਾਸ ਦੇ ਵਿੱਚੋਂ ਜਿਹੜੇ ਤੱਥ ਨੇ ਉਹਨਾਂ ਦੀ ਖੋਜ ਦੀ ਕੋਸ਼ਿਸ਼ ਨਹੀਂ ਕਰਦੇ, ਅਤੇ ਜਿੰਨਾ ਚਿਰ ਤੱਕ ਅਸੀਂ ਇਹਨਾਂ ਤੱਥਾਂ ਦੀ ਖੋਜ ਦੀ ਕੋਸ਼ਿਸ਼ ਨਹੀਂ ਕਰਾਂਗੇ ਅਸੀਂ ਇਸ ਗਿਆਨ ਤੋਂ ਵਾਂਝੇ ਰਵਾਂਗੇ, ਅਤੇ ਜਿੰਨਾ ਚਿਰ ਗਿਆਨ ਤੋਂ ਵਾਂਝੇ ਰਵਾਂਗੇ ਉਹਨਾਂ ਚਿਰ ਤੱਕ ਸਾਨੂੰ ਇਹ ਲੋਕ ਇਸੇ ਤਰ੍ਹਾਂ ਲੁੱਟਦੇ ਰਹਿਣਗੇ, ਇਹ ਲੋਕ ਇਸੇ ਤਰ੍ਹਾਂ ਹੀ ਸਾਡਾ ਮਜ਼ਾਕ ਉਡਾਉਂਦੇ ਰਹਿਣਗੇ। ਤੁਸੀਂ ਕੀ ਸੋਚਦੇ ਹੋ ਕਿ ਜਦੋਂ ਕੋਈ ਲੁੱਟ ਕੇ ਸਾਨੂੰ ਜਾਂਦਾ ਤਾਂ ਉਹ ਸਾਡਾ ਮਜ਼ਾਕ ਨਹੀਂ ਉਡਾਉਂਦਾ? ਬਿਲਕੁਲ ਉਡਾਉਂਦਾ ਹੈ।
ਪਰ ਕਾਰਨ ਕੀ ਹੈ ਕਿ ਜਿਨ੍ਹਾਂ ਲੋਕਾਂ ਦੇ ਕੋਲ ਥੋੜ੍ਹਾ ਥੋੜ੍ਹਾ ਗਿਆਨ ਹੁੰਦਾ ਨਾ, ਮਤ ਸਮਝੋ ਕਿ ਇਹ ਲੋਕ ਨਦਾਨ ਨੇ, ਇਹ ਬੜੇ ਚਲਾਕ ਲੋਕ ਨੇ ਜਿਹੜੇ ਧਰਮ ਦੇ ਨਾਮ ਦੇ ਉੱਪਰ ਸਾਨੂੰ ਲੁੱਟਦੇ ਨੇ। ਪਰ ਜੇਕਰ ਤੁਸੀਂ ਇਹਨਾਂ ਦੇ ਅੱਗੇ ਆਰਗੂ ਕਰਨਾ ਸ਼ੁਰੂ ਕਰ ਦਿਓ ਨਾ, ਇਹਨਾਂ ਨੂੰ ਸਵਾਲ ਕਰਨੇ ਸ਼ੁਰੂ ਕਰ ਦਿਓ, ਤਾਂ ਇਹਨਾਂ ਕੋਲ ਕੁਛ ਵੀ ਨਹੀਂ ਹੈ। ਭਾਈ ਸਾਹਿਬ, ਭਾਈ ਗੁਰਦਾਸ ਨੇ ਇੱਕ ਬੜਾ ਪਿਆਰਾ ਪ੍ਰਮਾਣ ਦਿੱਤਾ, ਕਹਿੰਦੇ ਜੇ ਬਿੰਡਾ ਖੁੱਥੀ ਬਹੇ ਕਿਤ ਹੋਏ ਬਜਾਜ। ਬਿੰਡਾ ਰਾਤ ਨੂੰ ਅਸੀਂ ਕਈ ਵਾਰੀ ਹਨੇਰੇ 'ਚ ਨਿਕਲੀਏ, ਟੀ ਟੀ ਦੀ ਇੱਕ ਕੀੜੇ ਦੀ ਆਵਾਜ਼ ਆਉਂਦੀ ਹੈ, ਕੀੜਾ ਨਜ਼ਰ ਨਹੀਂ ਆਉਂਦਾ, ਬਿੰਡਾ ਕਿਹਾ ਜਾਂਦਾ। ਕਹਿੰਦੇ ਹੁਣ ਬਿੰਡਾ ਬੋਲਦਾ ਤਾਂ ਬਹੁਤ ਹੈ, ਪਰ ਉਹਨੂੰ ਕੱਪੜਿਆਂ ਦੇ ਢੇਰ ਦੇ ਉੱਪਰ ਬਿਠਾ ਦਿਓ ਅਤੇ ਉਹ ਬਜਾਜੀ ਥੋੜ੍ਹਾ ਕਰ ਸਕਦਾ, ਕੱਪੜੇ ਥੋੜ੍ਹਾ ਵੇਚ ਸਕਦਾ। ਰਤਨਮਣੀ ਗੱਲ ਬਾਂਦਰੇ ਜੌਹਰੀ ਨੇ ਕਾਜ, ਹੁਣ ਬਾਂਦਰ ਦੇ ਗੱਲ 'ਚ ਤੁਸੀਂ ਹੀਰਿਆਂ ਦਾ ਹਾਰ ਪਾ ਦਿਓ, ਅਤੇ ਬਾਂਦਰ ਜਿਹੜਾ ਉਹ ਵਿਚਾਰਾ ਜਾ ਕੇ ਜਿਊਲਰੀ ਦਾ ਸ਼ੋਰੂਮ ਥੋੜ੍ਹਾ ਖੋਲ ਸਕਦਾ। ਕੁੱਤੇ ਦੇ ਗੱਲ ਆਰਸੀ ਲੈ ਸਰਾਫੀ ਸਾਜ, ਹੁਣ ਕੁੱਤੇ ਦੇ ਗੱਲ ਦੇ 'ਚ ਪੈਸਿਆਂ ਦੀ ਪੋਟਲੀ ਪਾ ਦਿਓ ਅਤੇ ਕੁੱਤੇ ਨੇ ਪ੍ਰਾਪਰਟੀ ਡੀਲਰ ਥੋੜ੍ਹਾ ਬਣ ਜਾਣਾ। ਗਧੋ ਚੰਦਨ ਲੱਦੀ ਹੈ ਨਹਿ ਗਾਂਧੀ ਗਾਜ, ਅਤੇ ਹੁਣ ਤੁਸੀਂ ਗਧੇ ਦੇ ਉੱਪਰ ਰੋਜ਼ ਚੰਦਨ ਦੀਆਂ ਲੱਕੜਾਂ ਲੱਦੀ ਜਾਓ, ਰੋਜ਼ ਚੰਦਨ ਦੀਆਂ ਲੱਕੜਾਂ ਲੱਦੀ ਜਾਓ, ਮਾੜੀ ਮੋਟੀ ਉਹਦੇ ਜਿਸਮ ਤੋਂ ਸੁਗੰਧ ਤਾਂ ਆ ਸਕਦੀ ਹੈ, ਅਤੇ ਉਹਨੇ ਕਿਹਾ ਪਰਫਿਊਮ ਦੀ ਮਸ਼ਹੂਰੀ ਥੋੜ੍ਹਾ ਦੇਣ ਲੱਗ ਜਾ, ਰਹਿਣਾ ਤਾਂ ਗਧਾ ਹੀ ਹੈ ਨਾ। ਗੱਲ ਇਹ ਹੈ ਕਿ ਤੁਹਾਡੇ ਕੋਲ ਆਰਗੂ ਕਿਉਂ ਨਹੀਂ, ਤੁਹਾਡੇ ਕੋਲ ਚੇਤਨਤਾ ਕਿਉਂ ਨਹੀਂ? ਜਿੰਨਾ ਚਿਰ ਤੁਹਾਡੇ ਕੋਲ ਚੇਤਨਤਾ ਨਹੀਂ, ਉਹਨਾਂ ਚਿਰ ਲੋਕ ਲੁੱਟਦੇ ਰਹਿਣਗੇ। ਹੁਣ ਮੈਂ ਆਖਰੀ ਗੱਲ, ਵਕਤ ਮੇਰਾ ਹੋ ਗਿਆ ਭੈਣੋ, ਮੈਂ ਤੁਹਾਨੂੰ ਸੰਬੋਧਿਤ ਹੋ ਕੇ ਕਹਿਣ ਲੱਗਾ, ਜੇਕਰ ਤੁਹਾਡੇ ਕੋਲ ਚੇਤਨਤਾ ਹੋਵੇਗੀ ਨਾ, ਤੁਹਾਡੀ ਆਉਣ ਵਾਲੀ ਔਲਾਦ ਕਦੀ ਵੀ ਇਹਨਾਂ ਪਖੰਡੀਆਂ ਦੇ ਕੋਲ ਲੁੱਟੀ ਨਹੀਂ ਜਾਵੇਗੀ। ਪਰ ਜੇਕਰ ਤੁਸੀਂ ਕਿਸੇ ਨਾ ਕਿਸੇ ਰੂਪ ਵਿੱਚ ਚੇਤਨਤਾ ਨੂੰ, ਸ਼ਬਦ ਨੂੰ, ਸ਼ਬਦ ਦੀ ਵਿਚਾਰਧਾਰਾ ਨੂੰ ਜਨਮ ਨਾ ਦਿੱਤਾ, ਤਾਂ ਜਿਸ ਤਰ੍ਹਾਂ ਸਾਨੂੰ ਪਹਿਲਾਂ ਇਹ ਲੋਕ ਲੁੱਟਦੇ ਰਹੇ ਨੇ, ਆਉਣ ਵਾਲੇ ਸਮੇਂ ਦੇ ਵਿੱਚ ਵੀ ਲੁੱਟਦੇ ਰਹਿਣਗੇ। ਮੈਂ ਇੱਕ ਡਾਕਟਰ ਹਾਂ, ਮੈਂ ਤੁਹਾਨੂੰ ਆਪਣੀ ਇੱਕ ਉਦਾਹਰਣ ਦਿੰਦਾ, ਛੋਟੀ ਜਿਹੀ ਉਦਾਹਰਣ ਦੇਣ ਤੋਂ ਪਹਿਲਾਂ। ਸਾਡੇ ਲਾਗੇ ਇੱਕ ਬਾਬਾ ਸੀ, ਬੜੀਆਂ ਪੁੱਛਾਂ ਦਾ ਕੰਮ ਕਰਦਾ। ਇੱਕ ਦਿਨ ਇੱਕ ਬੀਬੀ ਆਈ ਮੇਰੇ ਕਲੀਨਿਕ ਦੇ ਉੱਪਰ, ਕਹਿੰਦੀ ਵੀਰ ਜੀ ਤੁਹਾਨੂੰ ਦੱਸਾਂ, ਮੈਂ ਕਿਹਾ ਕਿ? ਕਹਿੰਦੀ ਅੱਜ ਮੈਂ ਬਾਬੇ ਦੀ ਚਪੇੜ ਮਾਰ ਕੇ ਆਈ ਹਾਂ। ਮੈਂ ਕਿਹਾ ਕਿਹੜੀ ਗੱਲੋਂ ਚਪੇੜ ਮਾਰ ਕੇ ਆਈ ਹਾਂ? ਕਹਿੰਦੀ ਬਾਬਾ ਕਿਹੜਾ ਮੈਨੂੰ ਜਾਣਦਾ ਸੀ, ਮੈਂ ਦੂਜੇ ਪਿੰਡ ਦੀ ਹਾਂ, ਸਾਡੇ ਲਾਗੇ ਜੇਤੋ ਸਰਜਾ ਪਿੰਡ ਹੈ, ਉੱਥੋਂ ਦੀ ਸੀ। ਕਹਿੰਦੀ ਮੈਂ ਬਾਬੇ ਦੇ ਕੋਲ ਗਈ, ਮੈਂ ਕਿਹਾ ਬਾਬਾ ਜੀ ਮੇਰੀ ਉਮਰ 33 ਸਾਲ ਹੋ ਗਈ ਹੈ, ਰਿਸ਼ਤਾ ਕੋਈ ਨਹੀਂ ਹੁੰਦਾ। ਅਤੇ ਕਹਿੰਦਾ ਬਾਬਾ ਉਸੇ ਵੇਲੇ ਕਹਿੰਦਾ ਕਿ ਬੀਬਾ 2100 ਰੁਪਈਆ ਦੇ, ਮੈਂ ਮੰਤਰ ਦੇਊਂਗਾ ਅਤੇ ਉਹ ਮੰਤਰ ਘਰ ਜਾ ਕੇ ਤੂੰ ਪਾਣੀ 'ਚ ਘੋਲ ਕੇ ਪੀਣਾ ਅਤੇ ਮਹੀਨੇ 'ਚ ਰਿਸ਼ਤਾ ਹੋ ਜਾਣਾ। ਕਹਿੰਦੀ ਮੈਂ ਠਾਹ ਕਰਦਿਆਂ ਚਪੇੜ ਮਾਰੀ, ਕਹਿੰਦੀ ਬਾਬਾ 3 ਬੱਚੇ ਮੇਰੇ 3 ਬੱਚੇ ਮੈਂ ਵਿਆਹੀ ਹੋਈ ਹੂੰ। ਹੁਣ ਉਸ ਬੀਬੀ ਦੇ ਅੰਦਰ ਚੇਤਨਤਾ ਨੇ ਜਨਮ ਲਿਆ ਨਾ, ਇਹ ਚੇਤਨਤਾ ਤੁਹਾਡੇ ਅੰਦਰ ਵੀ ਆ ਸਕਦੀ ਹੈ। ਇਹ ਲੋਕ ਪਖੰਡ ਦੇ ਨਾਂ 'ਤੇ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਸਾਡੀ ਵਿਚਾਰਧਾਰਾ ਤੋਂ ਦੂਰ ਲੈ ਕੇ ਜਾਂਦੇ ਨੇ, ਇਹਨਾਂ ਤੋਂ ਬਚੋ, ਇਹ ਸਾਨੂੰ ਲੁੱਟਦੇ ਨੇ। ਇਹ ਕੋਈ ਧਾਰਮਿਕ ਲੋਕ ਨਹੀਂ ਹੈ, ਧਰਮ ਦੇ ਵਿੱਚ ਤੁਹਾਨੂੰ ਕਿਸੇ ਵਿਚੋਲੇ ਦੀ ਲੋੜ ਨਹੀਂ ਹੈ, ਸਾਨੂੰ ਸ਼ਬਦ ਦੀ ਲੋੜ ਹੈ। ਅਤੇ ਜੋ ਸਾਨੂੰ ਸ਼ਬਦ ਨੇ ਸੋਝੀ ਦਿੱਤੀ ਹੈ, ਅਸੀਂ ਆਪਣੀ ਜ਼ਿੰਦਗੀ ਉਸ ਦੇ ਅਨੁਸਾਰ ਗੁਜ਼ਾਰਨੀ ਹੈ। ਹੁਣ ਮੈਂ ਆਖਰੀ ਉਦਾਹਰਨ ਤੁਹਾਡੇ ਨਾਲ ਸਾਂਝੀ ਕਰਦਾ, ਗੁਲਾਮ ਕਾਦਰ ਰਹੇਲਾ। ਇਤਿਹਾਸ ਇਹਦਾ ਬੜਾ ਪੁਰਾਣਾ, ਸਰਦਾਰ ਕਪੂਰ ਸਿੰਘ ਹੋਣਾ ਨੇ ਬੜਾ ਜ਼ਿਕਰ ਕੀਤਾ ਇਸਦਾ ਆਪਣੀਆਂ ਲਿਖਤਾਂ ਦੇ ਵਿੱਚ, ਮੈਂ ਸਿਰਫ ਉਹਦੇ ਤੋਂ ਸ਼ੁਰੂ ਕਰੂੰਗਾ। ਗੁਲਾਮ ਕਾਦਰ ਰਹੇਲਾ, ਇਸ ਨੇ ਦਿੱਲੀ ਦੇ ਬਾਦਸ਼ਾਹ ਤੈਮੂਰ ਦੇ ਖਾਨਦਾਨ ਦੇ ਵਿੱਚੋਂ ਉਹਦੇ ਬੇਟੇ ਨੂੰ ਹਰਾ ਦਿੱਤਾ, ਉਹਦੇ ਔਲਾਦ ਦੇ ਵਿੱਚੋਂ, ਉਹਦੇ ਖਾਨਦਾਨ ਦੇ ਵਿੱਚੋਂ ਜਿਹੜਾ ਰਾਜਾ ਸੀ ਉਸਨੂੰ ਹਰਾ ਦਿੱਤਾ। ਉਸ ਨੂੰ ਹਰਾ ਤਾਂ ਲਿਆ, ਪਰ ਮਨ ਦੇ ਵਿੱਚ ਇੱਕ ਡਰ ਸੀ ਵੀ ਮੈਂ ਦਿੱਲੀ ਦੇ ਬਾਦਸ਼ਾਹ ਨੂੰ ਹਰਾ ਕੇ ਦਿੱਲੀ ਦੇ ਤਖ਼ਤ ਦੇ ਉੱਪਰ ਤਾਂ ਆਪ ਬੈਠ ਗਿਆ ਹੈ। ਇਹ ਰੋਹੇਲਖੰਡ ਦੇ ਜਬੀਤਾ ਖਾਨ ਦਾ ਬੇਟਾ ਸੀ, ਜਬੀਤਾ ਖਾਨ ਕਿਸੇ ਸਮੇਂ ਅੰਮ੍ਰਿਤ ਛਕ ਕੇ ਧਰਮ ਸਿੰਘ ਬਣਿਆ ਸੀ, ਇਹ ਉਹਦਾ ਪੁੱਤਰ ਸੀ। ਇਸੇ ਕਰਕੇ ਕਿਹਾ ਜਾਂਦਾ ਐਸਾ ਏਕ ਗੁਰੂ ਕਾ ਚੇਲਾ ਆਧਾ ਸਿੱਖ ਆਧਾ ਰੋਹੇਲਾ, ਕਿਉਂਕਿ ਇਹਦਾ ਬਾਪ ਸਿੱਖ ਬਣਿਆ ਸੀ। ਇਹਦੇ ਮੁੰਡੇ ਨੇ ਅੱਗੋਂ ਧਰਮ ਸਿੰਘ ਜਿਹੜਾ ਸੀ ਜਬੀਤਾ ਖਾਨ, ਇਹਦੇ ਮੁੰਡੇ ਗੁਲਾਮ ਕਾਦਰ ਰਹੇਲੇ ਨੇ ਦਿੱਲੀ 'ਤੇ ਕਬਜ਼ਾ ਕੀਤਾ। ਮਨ ਦੇ ਵਿੱਚ ਡਰ ਕਿ ਦਿੱਲੀ 'ਤੇ ਕਬਜ਼ਾ ਤਾਂ ਕਰ ਲਿਆ,
ਕਿਤੇ ਇਹ ਨਾ ਹੋਵੇ ਤੈਮੂਰ ਖਾਨਦਾਨ ਦੇ ਵਿੱਚੋਂ ਜਿਸ ਸ਼ਾਹ ਆਲਮ ਦੀਆਂ ਮੈਂ ਅੱਖਾਂ ਕੱਢ ਕੇ ਜਿਸ ਨੂੰ ਮੈਂ ਬੰਦੀ ਦੇ ਵਿੱਚ ਪਾ ਲਿਆ, ਕਿਤੇ ਇਹਦੀ ਔਲਾਦ ਦੁਬਾਰਾ ਮੇਰੇ ਕੋਲ ਰਾਜ ਨਾ ਲੈ ਲਵੇ। ਆਪਣੇ ਵਜ਼ੀਰ ਨੂੰ ਪੁੱਛਦਾ, ਕਹਿੰਦਾ ਕੀ ਕਰਾਂ ਕਿ ਮੇਰੇ ਕੋਲ ਇਹ ਰਾਜ ਦੁਬਾਰਾ ਨਾ ਜਾਵੇ। ਵਜ਼ੀਰ ਬੜਾ ਸਿਆਣਾ ਸੀ, ਉਹਨੇ ਇੱਕ ਸਲਾਹ ਦਿੱਤੀ, ਕਹਿੰਦਾ ਬਾਦਸ਼ਾਹ, ਜੇ ਤੈਮੂਰ ਖਾਨਦਾਨ ਦੀਆਂ ਔਰਤਾਂ ਦੇ ਵਿੱਚੋਂ ਅਣਖ ਖਤਮ ਹੋ ਜਾਵੇ ਨਾ, ਧਰਮ ਦੀ ਵਿਚਾਰਧਾਰਾ ਖਤਮ ਹੋ ਜਾਵੇ, ਹਮੀਅਤ ਸ਼ਬਦ ਉਹਨੇ ਵਰਤਿਆ, ਹਮੀਅਤ ਗੈਰਤ ਖਤਮ ਹੋ ਜਾਵੇ ਨਾ, ਅਤੇ ਇਹਨਾਂ ਦੀ ਕੁੱਖ 'ਚੋਂ ਪੈਦਾ ਹੋਣ ਵਾਲੀ ਔਲਾਦ ਕਦੀ ਵੀ ਆਜ਼ਾਦੀ ਦੀ ਗੱਲ ਨਹੀਂ ਕਰ ਸਕੇਗੀ, ਇਹਨਾਂ ਦੀ ਕੁੱਖ 'ਚੋਂ ਪੈਦਾ ਹੋਣ ਵਾਲੀ ਔਲਾਦ ਕਦੀ ਵੀ ਨੈਤਿਕ ਗੁਣਾਂ ਦੀ ਗੱਲ ਨਹੀਂ ਕਰ ਸਕੇਗੀ, ਇਹਨਾਂ ਦੀ ਕੁੱਖ 'ਚੋਂ ਪੈਦਾ ਹੋਣ ਵਾਲੀ ਔਲਾਦ ਕਦੀ ਵੀ ਸਿੰਘਾਸਨ 'ਤੇ ਨਹੀਂ ਬੈਠ ਸਕੇਗੀ ਜੇ ਔਰਤ ਦੀ ਕੁੱਖ ਦੇ ਵਿੱਚੋਂ ਦ੍ਰਿੜਤਾ, ਬਹਾਦਰੀ ਅਤੇ ਗੈਰਤ ਮੁੱਕ ਜਾਵੇ। ਕਹਿੰਦਾ ਫਿਰ ਕਿਵੇਂ ਪਤਾ ਲੱਗੇ ਗੈਰਤ ਖਤਮ ਹੋ ਗਈ? ਕੋਈ ਤਰੀਕਾ ਤਾਂ ਹੋਵੇ ਨਾ, ਕੋਈ ਇਹੋ ਜਿਹਾ ਥਰਮਾਮੀਟਰ ਨਹੀਂ ਕਿ ਲਾ ਕੇ ਚੈੱਕ ਕਰ ਲਈਏ ਕਿ ਗੈਰਤ ਹੈ ਜਾਂ ਨਹੀਂ, ਅਣਖ ਹੈ ਜਾਂ ਨਹੀਂ, ਬਹਾਦਰੀ ਹੈ ਜਾਂ ਨਹੀਂ, ਕਿਤਨਾ ਪਤਾ ਲੱਗੇ? ਉਹਨੇ ਇੱਕ ਤਰੀਕਾ ਦੱਸਿਆ ਅਤੇ ਉਸ ਤਰੀਕੇ ਦਾ ਜ਼ਿਕਰ ਡਾਕਟਰ ਮੁਹੰਮਦ ਇਕਬਾਲ ਨੇ ਆਪਣੀ ਉਰਦੂ ਦੀ ਕਿਤਾਬ ਬਾਂਗੇ ਤਰ੍ਹਾਂ ਦੇ ਵਿੱਚ ਕੀਤਾ, ਬੜਾ ਪਿਆਰਾ ਤਰੀਕਾ। ਕਹਿੰਦਾ ਗੁਲਾਮ ਕਾਦਰ ਰਹਿਲਾ ਇੱਕ ਤਖ਼ਤ ਦੇ ਉੱਪਰ ਨਿਰਵਸਤਰ ਹੋ ਕੇ ਲੇਟ ਗਿਆ ਅਤੇ ਆਪਣੀ ਸ਼ਮਸ਼ੀਰ ਨੂੰ ਬੇਮਿਆਨ ਕਰਕੇ ਮਿਆਨ 'ਚੋਂ ਕੱਢ ਕੇ ਛਾਤੀ ਦੇ ਉੱਪਰ ਰੱਖ ਲਿਆ ਅਤੇ ਤੈਮੂਰ ਦੇ ਹਰਮ ਦੀਆਂ ਸਾਰੀਆਂ ਔਰਤਾਂ ਨੂੰ ਬੁਲਾ ਕੇ ਕਹਿੰਦਾ ਕਿ ਮੇਰੇ ਇਸ ਦਰਬਾਰ ਵਿੱਚ ਨਿਰਵਸਤਰ ਹੋ ਕੇ ਨੱਚੋ। ਕਿਸੇ ਨੇ ਨੱਚਣਾ ਸ਼ੁਰੂ ਕਰ ਦਿੱਤਾ, ਕਿਸੇ ਨੇ ਗਾਉਣਾ ਸ਼ੁਰੂ ਕਰ ਦਿੱਤਾ, ਕਿਸੇ ਨੇ ਰੋਣਾ ਸ਼ੁਰੂ ਕਰ ਦਿੱਤਾ, ਕਿਸੇ ਨੇ ਖੁਦਾ ਦੇ ਅੱਗੇ ਨਮਾਜ਼ ਪੜ੍ਹਨੀ ਸ਼ੁਰੂ ਕਰਤੀ ਹੈ, ਖੁਦਾਵੰਦ ਬਖਸ਼ਿੰਦ ਸਾਡੀ ਇੱਜ਼ਤ ਬਚਾ ਲਾ, ਨਗਨ ਹੋ ਕੇ ਨੱਚਣਾ ਪੈ ਰਿਹਾ। ਬੜਾ ਸਮਾਂ ਇਹ ਨਾਟਕ ਚੱਲਦਾ ਰਿਹਾ। ਜਦੋਂ ਕਾਫੀ ਚਿਰ ਨਾਟਕ ਚੱਲਦਾ ਰਿਹਾ ਨਾ, ਫਿਰ ਗੁਲਾਮ ਕਾਦਰ ਰਹਿਲਾ ਜਿਹੜਾ ਅੱਖਾਂ ਬੰਦ ਕਰਕੇ ਤਖ਼ਤ 'ਤੇ ਬੈਠਾ ਸੀ ਉੱਠਿਆ, ਕਹਿੰਦਾ ਤੈਮੂਰ ਦੇ ਖਾਨਦਾਨ ਦੀ ਉਹ ਬੇਟੀ, ਉਹ ਰੁਕ ਜਾਓ, ਸਾਰੀਆਂ ਰੁਕ ਜਾਏਗੀਆਂ। ਇੱਥੇ ਫਿਰ ਆ ਕੇ ਡਾਕਟਰ ਮੁਹੰਮਦ ਇਕਬਾਲ ਕਹਿੰਦਾ, ਕਹਿੰਦਾ ਰਹਿਲਾ ਇਸ ਕਦਰ ਜ਼ਾਲਿਮ ਅਦੂ ਵਾ ਕੀਨਾ ਪਰਵਰ ਥਾ, ਨਿਕਾਲੀ ਸ਼ਾਹੇ ਤੈਮੂਰੀ ਕੀ ਆਂਖੇ ਉਸਨੇ ਖੰਜਰ ਸੇ। ਕਹਿੰਦਾ ਤੈਮੂਰ ਖਾਨਦਾਨ ਦੇ ਰਾਜੇ ਦੀਆਂ ਅੱਖਾਂ ਕੱਢ ਦਿੱਤੀਆਂ, ਫਿਰ ਉਠਾ ਫਿਰ ਆਪਣੇ ਮਸਜਿਦ ਸੇ ਔਰ ਬੋਲਾ, ਸ਼ਿਕਾਇਤ ਚਾਹੀਏ ਨਹੀਂ ਤੁਮਕੋ ਆਪਣੇ ਮੁਕੱਦਰ ਸੇ। ਕਹਿੰਦਾ ਮੈਂ ਹੁਣ ਤੁਹਾਨੂੰ ਜਿਹੜੀ ਗੱਲ ਕਹਿਣ ਲੱਗਿਆ ਨਾ, ਚੁੱਪ ਕਰਕੇ ਗੁਲਾਮੀ ਸਵੀਕਾਰ ਕਰ ਲਿਓ, ਹੁਣ ਆਪਣੀ ਕਿਸਮਤ ਨਾਲ ਦੋਸ਼ ਨਾ ਦਿਓ। ਕਹਿੰਦਾ ਜੇ ਮਕਸਦ ਥਾ ਮੇਰਾ, ਕਹਿੰਦਾ ਮੇਰਾ ਇੱਥੇ ਸੌਣ ਦਾ ਤਰੀਕਾ ਮਕਸਦ ਪਤਾ ਕੀ ਸੀ? ਕਹਿੰਦਾ ਮੇਰਾ ਮਸਨਦ ਤਖ਼ਤ ਨੂੰ ਕਿਹਾ ਜਾਂਦਾ, ਜਿਹਨੂੰ ਪੰਜਾਬੀ 'ਚ ਅਸੀਂ ਮਸੰਦ ਕਹਿ ਦਿੰਦੇ ਹਾਂ। ਮੇਰਾ ਮਸਨਦ ਪੇ ਸੋ ਜਾਣਾ ਬਨਾਵਟ ਥੀ ਤਕੱਲਫ ਥਾ, ਮੈਂ ਸੁੱਤਾ ਹੋਇਆ ਨਹੀਂ ਸੀ, ਮੈਂ ਤਾਂ ਬਨਾਵਟ ਡਰਾਮਾ ਕਰ ਰਿਹਾ ਸੀ, ਨਾਟਕ ਕਰ ਰਿਹਾ ਸੀ ਕਿ ਗਫਲਤ ਦੂਰ ਹੈ ਸ਼ਾਹੇ ਸਫ਼ਰ ਅਰਾਂ ਦੇ ਲਸ਼ਕਰ ਸੇ, ਮੈਦਾਨੇ ਜੰਗ 'ਚ ਜੂਝਣ ਵਾਲੀਆਂ ਕੌਮਾਂ ਦੇ ਜਰਨੈਲ ਕਦੀ ਬੇਹੋਸ਼ੀ ਦੀ ਨੀਂਦ ਨਹੀਂ ਸੌਂਦੇ। ਜੇ ਮਕਸਦ ਥਾ ਮੇਰਾ ਇਨਮੇ ਕੋਈ ਤੈਮੂਰ ਕੀ ਬੇਟੇ, ਮੇਰਾ ਤਾਂ ਮਕਸਦ ਇਹ ਸੀ ਕਿ ਤੈਮੂਰ ਖਾਨਦਾਨ ਦੀ ਕਿਸੇ ਵੀ ਔਰਤ ਦੇ ਵਿੱਚ ਜੇ ਕਿਤੇ ਅਣਖ ਬਚੀ ਹੋਈ ਨਾ, ਜੇ ਮਕਸਦ ਥਾ ਮੇਰਾ ਇਨਮੇ ਕੋਈ ਤੈਮੂਰ ਕੀ ਬੇਟੀ, ਮੁਝੇ ਗਾਫਲ ਸਮਝ ਕਰ ਮਾਰ ਡਾਲੇ ਮੇਰੇ ਖੰਜਰ ਸੇ, ਵੀ ਜੇ ਕਿਸੇ ਇੱਕ ਦੇ ਵਿੱਚ ਵੀ ਅਣਖ ਬਚੀ ਹੋਈ ਨਾ, ਤਾਂ ਮੇਰੀ ਛਾਤੀ ਦੇ ਉੱਪਰ ਪਈ ਬੇਮਿਆਨ ਤਲਵਾਰ ਨੂੰ ਚੁੱਕ ਕੇ ਮੇਰਾ ਸਿਰ ਧੜ ਤੋਂ ਜੁਦਾ ਕਰ ਦੇਵੇਗੀ। ਮਗਰ ਜੇ ਰਾਜ ਖੁੱਲ੍ਹ ਗਿਆ ਜ਼ਮਾਨੇ ਭਰ ਸੇ, ਹਮੀਅਤ ਨਾਮ ਹੈ ਜਿਸਕਾ ਗਈ ਤੈਮੂਰ ਕੇ ਘਰ ਸੇ। ਪਰ ਕਹਿੰਦਾ ਹੁਣ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਤੁਹਾਡੀ ਕੁੱਖ 'ਚੋਂ ਪੈਦਾ ਹੋਣ ਵਾਲੀ ਔਲਾਦ ਕਦੀ ਆਜ਼ਾਦੀ ਦੀ ਗੱਲ ਨਹੀਂ ਕਰ ਸਕੇਗੀ। ਉਹੀ ਗੱਲ ਇਤਿਹਾਸ ਦੇ ਵਿੱਚ ਹੋਈ, ਉਸ ਤੋਂ ਬਾਅਦ ਉਸ ਕੌਮ ਨੂੰ ਤਖ਼ਤ ਨਸੀਬ ਨਹੀਂ ਹੋਇਆ। ਸੋ ਮੇਰੀਓ ਭੈਣੋ, ਇਹ ਸਭ ਕੁਛ ਤੁਹਾਡੇ 'ਤੇ ਮੁਨਸਰ ਕਰਦਾ ਕਿ ਤੁਸੀਂ ਸਾਰਾ ਦਿਨ ਟੈਲੀਵਿਜ਼ਨ ਦੇ ਉੱਪਰ ਬੈਠ ਕੇ ਨਾਟਕ ਵੇਖ ਕੇ ਬੱਚਿਆਂ ਨੂੰ ਨੈਤਿਕ ਤੋਂ ਹੀਣੇ ਕਰਮਾਂ ਵਾਲੇ ਪਾਸੇ ਲੈ ਕੇ ਆਉਣਾ, ਜਾਂ ਗੁਰੂ ਦੇ ਨਾਲ ਜੋੜ ਕੇ ਉਹਨਾਂ ਨੂੰ ਅਜੀਤ ਅਤੇ ਜੁਝਾਰ ਸਿੰਘ ਦਾ ਵਿਰਸਾ ਦਿਰ ਕਰਾਉਣਾ। ਵਕਤ ਜ਼ਿਆਦਾ ਲੈ ਗਿਆ, ਖਿਮਾ ਦਾ ਜਾ ਚੱਕਾ, ਇੰਨੀਆਂ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ ਗੱਜ ਕੇ ਆਖਿਓ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।